ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਤੁਹਾਡੇ ਨਾਲ ਹੋਰ ਟ੍ਰਾਇਲ ਸ਼ੇਅਰ ਕਰਨਾ ਜੀ ਕਿਉਂਕਿ ਆਪਣਾ ਸੁਭਾਅ ਤਜਰਬੇ ਵੱਧ ਤੋਂ ਵੱਧ ਕਰਨ ਦਾ ਬਹੁਤ ਜ਼ਿਆਦਾ ਤਜਰਬੇ ਯਾਨੀ ਕਿ ਇਹ ਲਾ ਲਓ ਵੀ ਚਾਹੇ ਘਾਟਾ ਪੈ ਜਵੇ ਪਰ ਤਜਰਬਿਆਂ ਤੋਂ ਬਿਨਾ ਖੇਤੀ ਕਰਨ ਨੂੰ ਜੀਏ ਨਹੀਂ ਕਰਦਾ ਹੈਗਾ ਕਿਉਂਕਿ ਸੌਂਕ ਨੂੰ ਲਾ ਲਓ ਪਿਆਰ ਨੂੰ ਲਾ ਲਓ ਵੀ ਇੱਕ ਅਲੱਗ ਜਿਹਾ ਸਵਾਦ ਮਿਲਦਾ ਹੈ ਇਹ ਚੀਜ਼ਾਂ ਕਰਨ ਨਾਲ ਆਪਾਂ ਨੂੰ ਤਾਂ ਕਰਕੇ ਇਹ ਆਪਾਂ ਇੱਕ ਤੁਹਾਨੂੰ ਹੋਰ ਤਜਰਬਾ ਦੱਸ ਦਿਆਂ ਉਹ ਤਜਰਬਾ ਹੈਗਾ ਜੀ ਆਪਣੇ ਨੇਮ ਦੇ ਨਾਲ ਰਿਲੇਟਡ ਜਿਹੜਾ ਆਪਾਂ ਨੇ ਵੀਡੀਓ ਦਾ ਨੇਮ ਰੱਖਿਆ ਵੀ ਦੂਰੀ ਸਪਰੇਅ ਦਾ ਫਾਇਦਾ ਜਾਂ ਦੂਰੀ ਸਪਰੇਅ ਦਾ ਕਿਵੇਂ ਰਿਜ਼ਲਟ ਵੱਧ ਮਿਲਦਾ ਤੇ ਕਿਵੇਂ ਕਰਨੀ ਆ ਦੇਖੋ ਜੀ ਜਿਵੇਂ ਮੈਂ ਸਪਰੇਅ ਕੀਤੀ ਹੈ ਗਲੀਲੀਓ ਬੇ ਤੇ ਕੋਰਾ ਜਨ ਤੇ ਮੈਂ ਇਹ ਗੱਲ ਨਾਲ ਵੀ ਸਹਿਮਤ ਆ ਵੀ ਕਿਹੜਾ ਗਲੀਲੀਓ ਬੇ ਆ ਉਹ ਬਹੁਤ ਜਿਆਦਾ ਵਧੀਆ ਪ੍ਰੋਡਕਟ ਨਹੀਂ ਹੈਗਾ ਜੇ ਉਹਨੂੰ ਆਪਾਂ ਲੇਟ ਯੂਜ਼ ਕਰਦੇ ਆ ਜੇ ਆਪਾਂ अर्ਲੀ ਸਟੇਜ ਤੇ ਯੂਜ਼ ਕਰਦੇ ਆ ਜਿਵੇਂ ਕਿ ਮੈਂ ਪੂਸਾ 44 ਦੇ ਉੱਤੇ ਤੁਹਾਡੇ ਨਾਲ ਗੱਲ ਕਰਾਂ ਤਾਂ ਗਲੀਲੀਓ ਬੇ ਆ ਉਹ 55 ਦਿਨਾਂ ਦੇ ਹੀ ਕੰਮ ਕਰਦਾ ਜੇ ਉਹਨੂੰ ਆਪਾਂ ਤੁਸੀਂ ਕਹੋ ਵੀ ਅਸੀਂ 65 ਦਿਨਾਂ ਤੇ 70 ਦਿਨਾਂ ਤੇ 75 ਦਿਨਾਂ ਤੇ ਜਾਂ 80 ਦਿਨਾਂ ਤੇ ਵਰਤਾਂਗੇ ਫੇਰ ਤਾਂ ਉਸ ਨੂੰ ਵਰਤਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਕਿਉਂਕਿ ਇੱਕ ਉਹਦੇ ਵਿੱਚ ਟੈਲਟਾ ਇੱਕ ਨਾਲ ਦੂਸਰਾ ਸਾਲਟ ਹੈ ਜਿਹੜਾ ਸਟ੍ਰੋਬੀਲਿਊਰਨ ਗਰੁੱਪ ਦਾ ਹੈ ਤੇ ਉਹ ਬਹੁਤ ਜ਼ਿਆਦਾ ਮਾਤਰਾ ਘਟਾਉਦੀ ਤੇ ਚਾਹੇ ਚਲੋ ਜਾਨੀ ਕਿ ਘੱਟ ਵੱਧ ਆਪਾਂ ਨੂੰ ਉਹ ਉਹਦਾ ਤਾਲੁਕ ਨਹੀਂ ਹੈਗਾ ਆਪਾਂ ਨੇ ਤਾਲੁਕ ਰੱਖਣਾ ਜਿਹੜਾ ਮੇਨ ਗੱਲ ਆ ਉਹ ਰੱਖਣਾ ਵੀ ਆਪਣੇ ਖੇਤ ਦੇ ਵਿੱਚ ਰਿਜ਼ਲਟ ਮਿਲਣਾ ਚਾਹੀਦਾ ਚਾਹੇ ਪਰਸੈਂਟੇਜ ਕੰਪਨੀ ਬਿਲਕੁਲ ਵੀ ਨਾ ਪਾਵੇ ਆਪਾਂ ਨੂੰ ਉਹਦੇ ਤੱਕ ਮਤਲਬੇ ਨਹੀਂ ਹੋਣਾ ਚਾਹੀਦਾ ਤੇ ਆਪਣੀ ਕਿਹੜੀ ਗੱਲ ਆ ਮੇਨ ਗੱਲ ਦੂਰੀ ਸਪਰੇਅ ਦਾ ਆ ਆਪਣਾ ਟ੍ਰੈਲ ਆ ਜੀ ਦੇਖੋ ਆ ਆਪਣਾ ਸਪੈਦਾਂ ਸਪੈਦੇ ਕੋਲੇ ਆਪਣਾ ਟ੍ਰੈਲ ਆ ਇਹ ਆ ਉਧਰ ਉਹ ਸਪੈਦਿਆਂ ਕੋਲੇ ਖੇਤ ਇਹ 3 ਬਿਗੇ ਜਗਾ ਜੀ ਤੇ ਉਹ ਥੱਲੇ ਝੋਨਾ ਵੀ ਆਪਣਾ ਜਿਹੜਾ ਉਹ ਇਹ ਤੋਂ ਸਪੈਦੇ ਤੋਂ ਅੱਗੇ ਪੀਲ ਕੀ ਮਾਰਦਾ ਤੇ ਆਹ ਦੇਖੋ ਪੂਰੀ ਹਰੇ ਬਈ ਮਾਰਦਾ ਉਹ ਖੇਤ ਦੇ ਉੱਤੇ ਵੀ ਸੇਮ ਡੇ ਸਪਰੇਅ ਕੀਤੀ ਗਈ ਆ ਤੇ ਸੇਮ ਡੇ 22 ਜੂਨ ਦੀ ਟ੍ਰਾਂਸਪਲੈਂਟਿੰਗ ਹੈ ਝੋਨੇ ਦੀ ਸੇਮ ਜੂਰੀਆ ਵਰਤਿਆ ਗਿਆ ਸੇਮ ਜਿੰਕ ਵਰਤਿਆ ਗਿਆ ਸੇਮ ਬਾਟਰ ਮੈਨੇਜਮੈਂਟ ਆ ਇੱਕੇ ਮੋਟਰ ਦਾ ਪਾਣੀ ਲੱਗਦਾ ਇਹ ਨਹੀਂ ਹੈਗਾ ਵੀ ਕੋਈ ਹੋਰ ਆ ਸੇਮ ਖੇਤ ਹੈ ਝਾੜ ਉਹਨੇ ਹੀ ਉਹਦਾ ਨਿਕਲਦਾ ਉਹਨੇ ਉਹ ਆ ਯਾਨੀ ਕਿ ਇਕੱਠਾ ਬੈੰਦਾ ਜਦੋਂ ਯਾਨੀ ਕਿ ਤਿੰਨ ਵਿੱਗੇ ਥਾਂ ਥੋੜਾ ਜਿਹਾ ਉੱਚਾ ਹੈ ਤਾਂ ਕਰਕੇ ਇਹ ਖੇਤ ਥੋੜਾ ਜਿਹਾ ਅਲੱਗ ਮੰਨਿਆ ਜਾਂਦਾ ਸਾਡਾ ਉਹ ਥੱਲੇ ਵਾਲਾ ਜਿਹੜਾ ਸਪੈਦੇ ਤੋਂ ਥੱਲੇ ਵਾਲਾ ਖੇਤ ਮੰਨਿਆ ਜਾਂਦਾ ਉਦੋਂ ਆਏ ਘੁੰਮ ਕੇ ਆਉਂਦਾ ਉਹ ਉਹ ਇੱਥੇ ਤੱਕ ਆ ਜਾਂਦਾ ਘੁੰਮ ਕੇ ਆਹ ਖੇਤ ਕਿਸੇ ਦਾ ਹੋਰ ਆ ਤੇ ਇਹ ਜਿਹੜੀ 3 ਬਿੱਗੇ ਜਗਾ ਇਹ 3 ਬਿੱਗੇ ਦੇ ਵਿੱਚ ਮੈਂ ਕੀ ਟ੍ਰਾਇਲ ਕੀਤਾ ਗਲੀਲੀਓ ਵੇਜ ਜੀ 400 ਐਮਐਲ ਏਕੜ ਦੀ ਵਰਤੀ ਜਾਂਦੀ ਹੈ ਤੇ ਕੋਰਾਜਨ ਕੰਪਨੀ ਡੋਜ਼ ਹੈਗੀ ਆ 60 ਐਮਐਲ ਦੀ ਤੇ ਦੁਕਾਨਦਾਰ 40 45 ਐਮਐਲ ਡੋਜ਼ ਵਰਤਦੇ ਨੇ ਕਹਿੰਦੇ ਨੇ ਰეკਮੈਂਡ ਕਰਦੇ ਨੇ ਤੇ ਅਸੀਂ ਪਾਉਣਿਆ ਜੀ ਆਪਦੇ ਖੇਤ ਦੇ ਵਿੱਚ 25 ਐਮਐਲ ਡੋਜ਼ ਤੁਸੀਂ ਆਹ ਦੇਖ ਲਓ ਮੇਰੀ 25 ਐਮਐਲ ਡੋਜ਼ ਖੇਤ ਦੇ ਵਿੱਚ ਪਾਈ ਹੋਈ ਹੈ ਤੁਸੀਂ ਕਿਤੇ ਵੀ ਮੈਨੂੰ ਆਏ ਦਿਖਾ ਦਿਓ ਵੀ ਪੱਤਾ ਲਪੇਟ ਸੁੰਡੀ ਹੋਵੇ ਜਾਂ ਕਿਤੇ ਗੋਭ ਸੁੱਕੀ ਹੋਵੇ ਵੀ ਗੋਭ ਦੀ ਸੁੰਡੀ ਹੋਵੇ ਤੇ ਹਜੇ ਜਦੋਂ ਅਗਲੇ ਪੈਪਾਂ ਭਰਨਗੇ ਸਿੱਟੇ ਬਾਹਰ ਨਿਕਲਣਗੇ ਉਦੋਂ ਵੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਵੀ 1-2% ਜਿਵੇਂ ਗੋਭ ਦੀਆਂ ਸੁੰਡੀਆਂ ਹੁੰਦੀਆਂ ਨੇ ਉਹਨੀਆਂ ਕੋ ਚਾਹੇ 60ml ਡੋਜ ਪਾ ਲੋ ਚਾਹੇ 100ml ਪਾ ਲੋ ਤਾਂ ਵੀ ਰਹਿ ਜਾਂਦੀਆਂ ਨੇ ਕਿਉਂਕਿ ਬੀਜ ਨਾਲ ਤਾਂ ਕਿਸੇ ਚੀਜ਼ ਦਾ ਹੁੰਦਾ ਨਹੀਂ ਤੇ ਉਹਦੀ ਕੀ ਅਸੀਂ ਨੇ ਕੀਤਾ ਵੀ ਤੁਸੀਂ ਏਕੜ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਦਾ ਸਾਡੀ ਦਾ ਤਿੰਨ ਵਿੱਗੇ ਜਗ੍ਹਾ ਦੀ ਵੀ ਉਹਦੀ 400 ਐਮਐਲ ਡੋਜ ਗਲੀਲੀਓ ਬੇ ਦੀ ਲਈ ਤੀ ਤੇ 25 ਐਮਐਲ ਡੋਜ ਅਸੀਂ ਨੇ ਲਈ ਤੀ ਕੋਰਾ ਜਾਂਦੀ ਜਿਵੇਂ ਅਸੀਂ ਵਰਤਦੇ ਹਾਂ ਉਹਨੂੰ ਅਸੀਂ ਨੇ ਕੀ ਕੀਤਾ ਉਹਨੂੰ ਹਾਫ ਕਰ ਲਿਆ 200 ਐਮਐਲ ਡੋਜ ਅਸੀਂ ਨੇ ਗਲੀਲੀਓ ਬੇ ਦੀ ਕਰਤੀ ਤੇ 12-13 ਕ ਐਮਐਲ ਡੋਜ ਕਰਤੀ ਕੋਰਾ ਜਾਂਦੀ ਉਹਦੀ ਅੱਜ ਸਪਰੇਅ ਕਰਤੀ ਆ ਲੰਬੇ ਵਾਲੇ ਪਾਸੇ ਨੂੰ ਮੰਨ ਲਓ ਤੁਹਾਨੂੰ ਉਦਾਹਰਨ ਦੱਸਦਾ ਵੀ ਆਹ ਲੰਬਾਈ ਵਾਲਾ ਪਾਸਾ ਇਧਰ ਨੂੰ ਆ ਰਸਤੇ ਦੇ ਨਾਲ ਨਾਲ ਇਧਰ ਨੂੰ ਲੰਬਾਈ ਵਾਲੇ ਪਾਸੇ ਨੂੰ ਅਸੀਂ ਨੇ ਮੰਨ ਲਓ ਅੱਜ ਸਪਰੇਅ ਕਰਤੀ ਉਸ ਤੋਂ 24 ਘੰਟਿਆਂ ਬਾਅਦ ਲਾ ਲਓ 48 ਘੰਟਿਆਂ ਬਾਅਦ ਲਾ ਲਓ ਜਦੋਂ ਤੁਹਾਨੂੰ ਟਾਈਮ ਲੱਗਦਾ ਤੇ ਉਸ ਤੋਂ 24 ਘੰਟਿਆਂ ਬਾਅਦ ਦੁਬਾਰੇ ਆ ਚੜਾਈ ਵਾਲਾ ਪਾਸਾ ਜੀ ਜਿਹੜਾ ਆ ਸਪੈਦੇ ਤੱਕ ਹੈ ਇਹ ਚੜਾਈ ਵਾਲੇ ਪਾਸੇ ਨੂੰ ਉਹਨੇ ਡੋਜ਼ ਦੀ ਦੁਬਾਰੇ ਸਪਰੇਅ ਫੇਰ ਕਰਤੀ ਮੰਨ ਲਓ ਪਰ ਇਕੜ ਦੇ ਹਿਸਾਬ ਦੇ ਨਾਲ ਡੋਜ਼ 400 ਐਮਐਲ ਰੱਖੀ ਹੈ ਉਹਨੂੰ ਹਾਫ ਪਹਿਲੇ ਦਿਨ ਕਰਤੀ ਹਾਫ ਦੂਜੇ ਦਿਨ ਕਰਤੀ ਗਲੇਲੀਓ ਬੇ ਦੀ ਤੇ 1 ਕਨੇ 25 ਐਮ ਐਲ ਡੋਜ ਕੋਰਾਜਨ ਦੀ ਰੱਖੀ ਆ ਡਬਲ ਸਪਰੇ ਕਰਨ ਕਰਕੇ 2-4 ਐਮ ਐਲ ਉੱਤੇ ਥੱਲੇ ਹੋ ਸਕਦੀ ਆ ਕਿਉਂਕਿ ਜੇ 25 ਐਮ ਐਲ ਕੋਰਾਜਨ ਮੈਂ ਕਹਿਣਾ ਤਾਂ 30 ਤੱਕ ਹੋ ਸਕਦੀ ਆ ਮੈਕਸਿਮਮ 30 ਤੋਂ ਵੱਧ ਨਹੀਂ ਇੱਕ ਵੀ ਬੂੰਦ ਪਈ ਹੋਣੀ ਵੀ ਜਦੋਂ ਡਬਲ ਸਪਰੇ ਕਰਨੀਆਂ ਤਾਂ ਉਹਦੇ ਨਾਲ ਪੂਰਾ ਆਪਣੇ ਉਹ ਨਹੀਂ ਹੁੰਦਾ ਤੇ ਉਹਦੇ ਨਾਲ ਤੁਸੀਂ ਇਹ ਲਾ ਲਓ ਵੀ ਸਵਾ 100 ਲੀਟਰ 125 ਲੀਟਰ ਪਾਣੀ ਪਹਿਲੇ ਦਿਨ ਲੱਗ ਜਾਂਦਾ ਮੰਨ ਲਓ ਏਕੜ ਦੇ ਹਿਸਾਬ ਨਾਲ ਤੇ 125 ਲੀਟਰ ਪਾਣੀ ਦੂਸਰੇ ਦਿਨ ਲੱਗ ਜਾਂਦਾ ਜਾਂ ਤੀਸਰੇ ਦਿਨ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਤੇ 250 ਲੀਟਰ ਤਾਂ ਪਾਣੀ ਹੋ ਗਿਆ ਏਕੜ 'ਚ ਤੇ ਡੋਜ ਹੁੰਨੀ ਐ ਤੇ ਰਿਜ਼ਲਟ ਤੁਸੀਂ ਆਪਦੇ ਅੱਖੀਂ ਦੇਖ ਲਓ ਹੁਣ ਤੁਹਾਨੂੰ ਦਿਖ ਦੇਈ ਐ ਵੀ ਇਹ ਤਾਂ ਜੀਰੀਆਂ ਐ ਕਹਿ ਰਹੀ ਆ ਵੀ ਮੈਂ ਅੱਜ ਦੀ ਡੇਟ ਦੇ ਵਿੱਚ ਜਿਵੇਂ ਖੜੀ ਐ ਬਾਕੀ ਹੋਣਾ ਤਾਂ ਪਤਾ ਨਹੀਂ ਕੀ ਆ ਵੀ ਮੈਂ 40 ਕੁਇੰਟਲ ਦਾ ਨਿਕਲੂ ਹੈਗਾ ਪੂਸ ਅੱਜ ਤਾਲੀ ਇਹ ਆਪਣਾ ਇਹ ਐ ਕਹਿ ਰਿਹਾ ਹੈ ਤੇ ਜਿਹੜਾ ਉਹ ਹੈ ਉਹ ਕਹਿ ਰਿਹਾ ਵੀ ਮੈਂ 35 ਕੁਇੰਟਲ ਤਾਂ ਲੇਕੂ। ਉਹ 5 ਕੁਇੰਟਲ ਥੱਲੇ ਖੜਾ ਹੈ। ਉਹ ਦੇਖ ਲਓ ਪੀਲ ਕੁਮਾਰ ਦਾ ਉਹ ਤੁਹਾਨੂੰ ਦਿਖ ਰਿਹਾ ਹੋਊਗਾ ਜਿਹੜਾ ਆਪਣਾ ਉਹ ਸਪੈਦਾ ਹੈ। ਸਪੈਦੇ ਤੋਂ ਉਹ ਵੱਟ ਜੀ ਵੀ ਤੁਹਾਨੂੰ ਦਿਖਦੀ ਆ ਉਹ ਖੁੰਜਾ ਖੇਤ ਆ ਜਿਹੜਾ। ਉਹ ਪਰਾਂ ਵਾਲਾ ਪੀਲ ਕੁਮਾਰ ਦਾ ਤੇ ਆ ਪੂਰਾ ਹਰਿਆਲੀ ਮਾਰਦਾ। ਉਹ ਤੇ ਸਿੰਗਲ ਸਪਰੇਅ ਕਰੀਆ 400 ਐਮਐਲ ਗਲੇਲੀਓ 25 ਐਮਐਲ ਕੋਰਾ ਜਿਹਨਾਂ ਸਿੰਗਲ ਸਪਰੇਅ ਕਰਤੀ ਸੀ ਤੇ ਇਹਨੂੰ ਟ੍ਰਾਇਲ ਦੇ ਤੌਰ ਤੇ ਤਿੰਨ ਬਿਘਿਆ ਨੂੰ ਲਾਇਦਾ ਕਰਤਾ ਸੀ ਜਾਨੀ ਕਿ ਤਿੰਨ ਬਿਘੇ ਜਗ੍ਹਾ ਜੇ ਆਪਾਂ ਏਕੜਾਂ ਦੇ ਹਿਸਾਬ ਦੇ ਨਾਲ ਦੇਖੀਏ। ਤਾਹੇ ਪੌਣਾ ਏਕੜ ਕਹਿ ਸਕਦੇ ਹੋ ਤੁਸੀਂ ਵੀ ਪੌਣਾ ਏਕੜ ਜਗਾ ਬਟ ਮੈਂ ਤੁਹਾਨੂੰ ਜਿਹੜਾ ਤਜਰਬਾ ਦੱਸਿਆ ਉਹ ਏਕੜ ਦਾ ਬਣਾ ਕੇ ਦੱਸਿਆ ਕਿਉਂਕਿ ਅਸੀਂ ਏਕੜ ਦੇ ਹਿਸਾਬ ਨਾਲ ਗੱਲ ਕਰਦੇ ਆਂ ਗਰੁੱਪਾਂ ਦੇ ਵਿੱਚ ਤੇ ਸਾਡੇ ਬਿੱਗਿਆਂ ਦੇ ਵਿੱਚ ਚੱਲਦਾ ਸਿਸਟਮ ਆ ਜਿਹੜਾ ਤੇ ਉਹ ਏਕੜਾਂ ਦੇ ਹਿਸਾਬ ਨਾਲ ਮੈਂ ਤੁਹਾਨੂੰ ਤਜਰਬਾ ਦੱਸਿਆ ਤੁਸੀਂ ਵੀ ਸਾਰੇ ਕਿਸਾਨ ਵੀਰ ਕੋਈ ਦੇਖੋ ਕੋਸਟ ਤਾਂ ਹੈ ਨਹੀਂ ਬਾਤੀ हां ओ बंदਿਆਂ ਲਈ ਕੋਸਟ ਹੋ ਸਕਦੀ ਹੈ ਜਿਹੜੇ ਬੰਦੇ ਕਿਰਾਏ ਤੇ ਸਪਰੇਅ ਕਰਾਉਂਦੇ ਨੇ ਜਿਹੜੇ ਆਪ ਸਪਰੇਅ ਕਰਦੇ ਨੇ ਅਸੀਂ ਆਪ ਸਪਰੇਅ ਕਰਦੇ ਆ ਜੀ ਇਸ ਕਰਕੇ ਵੀ ਇੱਕ ਐ ਸਮਝ ਲਓ ਵੀ પેટ્રોલ ਵਾਲੇ ਪੰਪ ਨੇ ਆਪਣੇ ਲਵੇ ਹਾਲੋਕਨ ਨਿਊਜ਼ਲ ਲਾ ਕੇ ਅਸੀਂ ਸਪਰੇਅ ਕਰਦੇ ਆ ਜਿਹਨੂੰ ਗੋਲ ਨਿਊਜ਼ਲ ਵੀ ਕਹਿੰਦੇ ਨੇ ਤੇ ਉਹਦੇ ਤੇ ਬਸ ਇਕੱਲਾ પેટ્રોલ પેટ્રોલ ਦਾ ਖਾਤਿਆ ਹੋਇਆ ਸਾਡਾ ਹੋਰ ਤਾਂ ਆਪਣੇ ਲਵੇ ਦੇਖੋ ਪਾਣੀ ਵੀ ਹੈਗਾ ਹੀ ਆ ਮੋਟਰਾਂ ਤੇ ਤੇ ਸਪਰੇਅ ਵੀ ਆਪਾਂ ਨੇ 100 ਵਾਰਤੀ ਆ ਡੋਜ ਬਟ ਰਿਜ਼ਲਟ ਸਾਨੂੰ ਡਬਲ ਮਿਲਿਆ ਇਹ ਸਾਡਾ ਤਜਰਬਾ ਦੀ ਜਿਹੜਾ ਪਿਛਲੇ ਸਾਲ ਅਸੀਂ ਨੇ ਪਹਿਲੇ ਸਾਲ ਕੀਤਾ ਸੀ ਤੇ ਇਸ ਵਾਰ ਦੁਬਾਰੇ ਅਸੀਂ ਨੇ ਰਿਪਲਾਈ ਕਰਕੇ ਦੇਖਿਆ ਵੀ ਵਾਕਈ ਰਿਜ਼ਲਟ ਮਿਲਦਾ ਹੈ ਜਾਂ ਪਿਛਲੇ ਸਾਲ ਕੋਈ ਹੋਰ ਕਾਰਨ ਰਹਿ ਗਿਆ ਸੀ ਪਿਛਲੇ ਸਾਲ ਅਵਤਾਰ ਤੇ ਕੋਰਾਜਨ ਵਰਤੀ ਦੀ ਨਾਲ 240 ਵਰਤੀ ਦੀ ਇਸ ਵਾਰ ਗਲੀਲੀ ਹੋਵੇ ਤੇ ਕੋਰਾਜਨ ਵਰਤ ਰਹੇ ਆ ਤੇ ਇੱਥੇ 240 ਇਹ ਖੇਤਾਂ ਦੇ ਵਿੱਚ ਨਹੀਂ ਪਾਈ ਗਈ ਕਿਉਂਕਿ ਲੀਟਰ ਘਟ ਗਈ ਸੀ ਉਸ ਤੋਂ ਬਾਅਦ ਇਹ ਛੱਟ ਤੇ ਬਾਕੀ ਖੇਤਾਂ ਦੇ ਵਿੱਚ ਸਾਰਿਆਂ 'ਚ ਵਰਤਦੇ ਆ ਸੀ 240 ਏ ਇਹ ਤੁਸੀਂ ਸਾਰੇ ਕਿਸਾਨ ਵੀਰ ਬਸ ਇੱਕ ਰਿਕੁਐਸਟ ਹੈ ਵੀ ਕੋਈ ਬਹੁਤਾ ਖਾਚੇ ਵਾਲੀ ਗੱਲ ਨਹੀਂ ਹੈਗੀ ਨਾਲੇ ਦਾ ਤੁਹਾਡਾ 200 ਲੀਟਰ ਪਾਣੀ ਮੈਨੇਜ ਹੋ ਜੂ ਨਾਲੇ ਤੁਸੀਂ ਰਿਜ਼ਲਟ ਦੇਖਿਓ ਵੀ ਤੁਹਾਨੂੰ ਕਿੰਨਾ ਕੁ ਮਿਲਦਾ ਧੰਨਵਾਦ ਜੀ ਜੇ ਸਵਾਲ ਆ ਕਮੈਂਟ ਬਾਕਸ ਵਿੱਚ ਦੱਸ ਦਿਓ